ਸਟਾਰ ਦਿਲਜੀਤ ਦੋਸਾਂਝ ਦਾ ਕਰੀਅਰ ਇਸ ਸਮੇਂ ਹਾਈ ਫਲਾਈ ਮੋਡ ਤੇ ਅਤੇ ਹੁਣ ਇੱਕ ਵਾਰ ਫੇਰ ਕਾਮੇਡੀ ਡਰਾਮਾ ਤੇ ਐਡਵੈਂਚਰ ਦਾ ਪੂਰਾ ਪੈਕੇਜ ਲੈ ਕੇ ਆ ਰਹੇ ਹਨ ਦਿਲਜੀਤ ਦੋਸਾਂਝ। ਉਹਨਾਂ ਦੀ ਅਗਲੀ ਫਿਲਮ ਸਰਦਾਰ ਜੀ 3 ਦੀ ਰਿਲੀਜ਼ ਡੇਟ ਤੈਅ ਹੈ ਤੇ ਇਹ ਫਿਲਮ 24 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਨਜ਼ਰ ਆਵੇਗੀ। ਦਿਲਜੀਤ ਦੇ ਫੈਨਸ ਹੁਣ ਇਸ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜੋ ਉਹਨਾਂ ਨੂੰ ਇੱਕ ਵਾਰ ਫੇਰ ਹਾਸੇ ਅਤੇ ਮਸਤੀ ਪ੍ਰਦਾਨ ਕਰੇਗੀ। ਵਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀ ਲਾਈਨ ਪ੍ਰੋਡਕਸ਼ਨ ਨੇ ਦਿਲਜੀਤ ਦੋਸਾਂਝ ਸਟਾਰਰ ਫਿਲਮ ਸਰਦਾਰ ਜੀ 3 ਦਾ ਪੋਸਟਰ ਰਿਲੀਜ਼ ਕੀਤਾ ਹੈ। ਜੇ ਪੋਸਟਰ ਦੀ ਗੱਲ ਕਰੀਏ ਤਾਂ ਦਿਲਜੀਤ ਨੂੰ ਇੱਕ ਵਿਜ਼ੀਬਲ ਫੋਰਮ ਦੇ ਵਿੱਚ ਨਹੀਂ ਦਿਖਾਇਆ ਗਿਆ, ਸਗੋਂ ਇਸ ਦੇ ਵਿੱਚ ਦਸਤਾਰ ਸਜਾਏ ਵਿਅਕਤੀ ਦਾ ਇੱਕ ਧੁੰਦਲਾ ਕਲੋਜ਼ਅਪ ਸ਼ੋਟ ਹੈ। ਤਾਂ ਤਿਆਰ ਹੋ ਜਾਓ ਹਾਸੇ ਅਤੇ ਮਜ਼ੇ ਦੀ ਇੱਕ ਨਵੀਂ ਡੋਸ ਦੇ ਲਈ। ਹਾਲ ਹੀ ਦੇ ਵਿੱਚ ਇੱਕ LA ਬੇਸਡ ਐਂਟਰਪ੍ਰੀਨੋਰ ਰਜਤ ਰੋਕੀ ਬੱਟਾ ਨੇ ਦਿਲਜੀਤ 'ਤੇ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਸੀ। ਇੱਕ ਲੰਬੇ ਨੋਟ ਦੇ ਵਿੱਚ ਉਸਨੇ ਦਿਲਜੀਤ 'ਤੇ ਇਲੂਮੀਨਾਟੀ ਟੂਰ ਦੇ ਵਿੱਚ ਨੱਚਣ ਵਾਲੇ ਦੇਸੀ ਡਾਂਸਰਾਂ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਉਸਦੀ ਭੰਗੜਾ ਟੀਮ ਅਤੇ ਬਿਜ਼ਨਸ ਮੈਨੇਜਮੈਂਟ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਫਿਲਹਾਲ ਦਿਲਜੀਤ ਦੋਸਾਂਝ ਜੱਟ ਐਂਡ ਜੂਲੀਅਟ 3 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਕਰੀਅਰ ਇਸ ਸਮੇਂ ਹਾਈ ਫਲਾਈ ਮੋਡ ਤੇ ਅਤੇ ਹੁਣ ਇੱਕ ਵਾਰ ਫੇਰ ਕਾਮੇਡੀ ਡਰਾਮਾ ਤੇ ਐਡਵੈਂਚਰ ਦਾ ਪੂਰਾ ਪੈਕੇਜ ਲੈ ਕੇ ਆ ਰਹੇ ਹਨ ਦਿਲਜੀਤ ਦੋਸਾਂਝ। ਉਹਨਾਂ ਦੀ ਅਗਲੀ ਫਿਲਮ ਸਰਦਾਰ ਜੀ 3 ਦੀ ਰਿਲੀਜ਼ ਡੇਟ ਤੈਅ ਹੈ ਤੇ ਇਹ ਫਿਲਮ 24 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਨਜ਼ਰ ਆਵੇਗੀ। ਦਿਲਜੀਤ ਦੇ ਫੈਨਸ ਹੁਣ ਇਸ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜੋ ਉਹਨਾਂ ਨੂੰ ਇੱਕ ਵਾਰ ਫੇਰ ਹਾਸੇ ਅਤੇ ਮਸਤੀ ਪ੍ਰਦਾਨ ਕਰੇਗੀ। ਵਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀ ਲਾਈਨ ਪ੍ਰੋਡਕਸ਼ਨ ਨੇ ਦਿਲਜੀਤ ਦੋਸਾਂਝ ਸਟਾਰਰ ਫਿਲਮ ਸਰਦਾਰ ਜੀ 3 ਦਾ ਪੋਸਟਰ ਰਿਲੀਜ਼ ਕੀਤਾ ਹੈ। ਜੇ ਪੋਸਟਰ ਦੀ ਗੱਲ ਕਰੀਏ ਤਾਂ ਦਿਲਜੀਤ ਨੂੰ ਇੱਕ ਵਿਜ਼ੀਬਲ ਫੋਰਮ ਦੇ ਵਿੱਚ ਨਹੀਂ ਦਿਖਾਇਆ ਗਿਆ, ਸਗੋਂ ਇਸ ਦੇ ਵਿੱਚ ਦਸਤਾਰ ਸਜਾਏ ਵਿਅਕਤੀ ਦਾ ਇੱਕ ਧੁੰਦਲਾ ਕਲੋਜ਼ਅਪ ਸ਼ੋਟ ਹੈ। ਤਾਂ ਤਿਆਰ ਹੋ ਜਾਓ ਹਾਸੇ ਅਤੇ ਮਜ਼ੇ ਦੀ ਇੱਕ ਨਵੀਂ ਡੋਸ ਦੇ ਲਈ। ਹਾਲ ਹੀ ਦੇ ਵਿੱਚ ਇੱਕ LA ਬੇਸਡ ਐਂਟਰਪ੍ਰੀਨੋਰ ਰਜਤ ਰੋਕੀ ਬੱਟਾ ਨੇ ਦਿਲਜੀਤ 'ਤੇ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਸੀ। ਇੱਕ ਲੰਬੇ ਨੋਟ ਦੇ ਵਿੱਚ ਉਸਨੇ ਦਿਲਜੀਤ 'ਤੇ ਇਲੂਮੀਨਾਟੀ ਟੂਰ ਦੇ ਵਿੱਚ ਨੱਚਣ ਵਾਲੇ ਦੇਸੀ ਡਾਂਸਰਾਂ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਉਸਦੀ ਭੰਗੜਾ ਟੀਮ ਅਤੇ ਬਿਜ਼ਨਸ ਮੈਨੇਜਮੈਂਟ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਫਿਲਹਾਲ ਦਿਲਜੀਤ ਦੋਸਾਂਝ ਜੱਟ ਐਂਡ ਜੂਲੀਅਟ 3 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ।